धार्मिक गुरुआ के विरुद्ध बड़ी भद्दी शब्दावली ते फोटो एडिट करके माहौल खराब किया जाता है, जिदे नाल समाज दे विच तनाव पैदा होंदा है। रहिंदे समय ही नत्थ पाई जावे इन्हां लोकां नूं जिहड़े फेक आईडियां बना के, जां कई इह वी आ कि अपनियां आईडियां तों वी अजिहा कूड़ प्रचार करदे आ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜਿੰਦਰ ਸਿੰਘ, ਸੂਬਾ ਪ੍ਰਧਾਨ BKU ਫਤਿਹ। ਅੱਜ ਮੰਗ ਪੱਤਰ ADC ਸਾਹਿਬ ਨੂੰ ਦਿੱਤਾ ਹੈ, ਸੋਸ਼ਲ ਮੀਡੀਆ 'ਤੇ ਧਾਰਮਿਕ ਗੁਰੂਆਂ ਦੇ ਵਿਰੁੱਧ ਬੜੀ ਭੱਦੀ ਸ਼ਬਦਾਵਲੀ 'ਤੇ ਫੋਟੋ ਐਡਿਟ ਕਰਕੇ ਮਾਹੌਲ ਖਰਾਬ ਕੀਤਾ ਜਾਂਦਾ ਹੈ, ਜਿਹਦੇ ਨਾਲ ਸਮਾਜ ਦੇ ਵਿੱਚ ਤਣਾਅ ਪੈਦਾ ਹੁੰਦਾ ਹੈ। ਗੁਰੂ ਸਾਹਿਬਾਨ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਵਿਗਾੜ ਕੇ ਜਦੋਂ ਸੋਸ਼ਲ ਮੀਡੀਆ 'ਤੇ ਪਾਈਆਂ ਜਾਂਦੀਆਂ ਤਾਂ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇਸ ਦੇ ਸੰਬੰਧ ਵਿੱਚ ਅਸੀਂ ADC ਸਾਹਿਬ ਨੂੰ ਮੰਗ ਪੱਤਰ ਦੇਣ ਲੱਗੇ ਹਾਂ ਵੀ ਇਹਨੂੰ ਰਹਿੰਦੇ ਸਮੇਂ ਹੀ ਨੱਥ ਪਾਈ ਜਾਵੇ ਇਹਨਾਂ ਲੋਕਾਂ ਨੂੰ ਜਿਹੜੇ ਫੇਕ ਆਈਡੀਆਂ ਬਣਾ ਕੇ, ਜਾਂ ਕਈ ਇਹ ਵੀ ਆ ਕਿ ਆਪਣੀਆਂ ਆਈਡੀਆਂ ਤੋਂ ਵੀ ਅਜਿਹਾ ਕੂੜ ਪ੍ਰਚਾਰ ਕਰਦੇ ਆ। ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ। ਦੇਖੋ, ਸਮਾਜ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਹਨੂੰ ਅਖੀਰ 'ਤੇ ਆ ਕੇ ਪੋਲੀਟਿਕਸ ਨਾਲ ਜੋੜਿਆ ਜਾਂਦਾ ਹੈ ਵੀ ਰਾਜਨੀਤੀ। ਕੀ ਕਾਰਨ ਹੋ ਸਕਦਾ? ਕੁਝ ਸ਼ਰਾਰਤੀ ਲੋਕ ਇੱਕ ਫਿਰਕੇ ਦੇ ਧਾਰਮਿਕ ਗੁਰੂਆਂ ਸੰਬੰਧੀ ਇਹੋ ਜਿਹੀਆਂ ਪੋਸਟਾਂ ਪਾਉਂਦੇ ਆ, ਫਿਰ ਦੂਸਰੇ ਜਿਹੜੇ ਆ ਫਿਰਕੇ ਦੇ ਲੋਕ ਉਹ ਦੂਜੇ ਧਾਰਮਿਕ ਗੁਰੂਆਂ ਦੇ ਵਿਰੁੱਧ ਪਾਉਣਗੇ, ਤਾਂ ਉਹਦੇ ਨਾਲ ਕੀ ਸਮਾਜ ਦੇ ਵਿੱਚ ਤਣਾਅ ਪੈਦਾ ਹੁੰਦਾ, ਲੜਾਈ ਝਗੜਾ ਪੈਦਾ ਹੁੰਦਾ, ਅਪਸੈਟ ਹੁੰਦਾ, ਸਮਾਜ ਦਾ ਤਾਣਾ ਬਣਾ। ਤਾਂ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਸਮਾਜ ਦੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮਾਹੌਲ ਐਸਾ ਬਣ ਜਾਂਦਾ ਜਿਹੜਾ ਬਾਅਦ ਦੇ ਵਿੱਚ ਕੰਟਰੋਲ ਤੋਂ ਬਾਹਰ ਹੋ ਜਾਂਦਾ। ਇਸ ਲਈ ਸਮੇਂ ਰਹਿੰਦਿਆਂ ਹੀ ਇਹਨੂੰ ਨੱਥ ਪਾ ਲੈਣੀ ਚਾਹੀਦੀ। ਸਰ, ਇਹ ਮੰਗ ਪੱਤਰ ਇਸ ਲਈ ਦਿੱਤਾ ਗਿਆ ਜੋ ਸਾਡੇ ਗਾਤੀ ਬੇਅਦਬੀ ਹੋ ਰਹੀ ਆ, ਸਾਡੇ ਜਿਹੜੇ ਗੁਰੂ ਪੀਰ ਆ ਉਹਨਾਂ ਦੇ ਫੋਟੋਆਂ ਦੀ ਬੇਅਦਬੀ ਹੋ ਰਹੀ ਆ, ਕਈ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਇੰਸਟਾਗ੍ਰਾਮ 'ਤੇ ਉਹ ਗਲਤ ਫੋਟੋਆਂ ਕਰ ਰਹੇ ਆ, ਇਸ ਲਈ ਅਸੀਂ ਮੰਗ ਪੱਤਰ ਦਿੱਤਾ ਹੈ। ਕੀ ਕਾਰਨ ਮੰਨਦੇ ਹੋ ਜੋ ਲੋਕ ਅਜਿਹੇ ਕਰ ਰਹੇ ਨੇ ਪਰ ਸਰਕਾਰਾਂ ਇਹਦੇ ਵਿੱਚ ਜਿਹੜਾ ਧਿਆਨ ਨਹੀਂ ਦੇ ਰਹੀਆਂ? ਮੈਂ ਸਰਕਾਰ ਨੂੰ ਕਹਿਣਾ ਚਾਹੂੰਗਾ, ਸਰਕਾਰ ਇਸ ਚੀਜ਼ ਵੱਲ ਧਿਆਨ ਦੇਵੇ, ਕਿਉਂਕਿ ਨਾ ਇਹ ਕੋਈ ਵੀ ਧਰਮ ਹੋਵੇ, ਭਲਾ ਹਿੰਦੂ ਹੋਵੇ, ਭਲਾ ਮੁਸਲਮਾਨ, ਸਿੱਖ, ਈਸਾਈ, ਕਿਸੇ ਵੀ ਧਰਮ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ, ਕਿਉਂਕਿ ਇਸ ਚੀਜ਼ ਨਾਲ ਨਾ ਹਰ ਕੌਮ ਨੂੰ ਦੁੱਖ ਪਹੁੰਚਦਾ। ਸੋ ਅੱਜ ਸ਼ਿਕਾਇਤ ਪੱਤਰ, ਮੰਗ ਪੱਤਰ ਜਿਹੜਾ ਦਿੱਤਾ ਗਿਆ SDM ADC ਸਾਹਿਬ ਨੂੰ। ਸੋ ਮਸਲਾ ਕੀ ਆ? ਮਸਲਾ ਇਹ ਆ ਕਿ ਧਾਰਮਿਕ ਗੁਰੂਆਂ ਦੀਆਂ ਗਲਤ ਫੋਟੋਆਂ ਐਡਿਟ ਕਰਨੀਆਂ ਅਤੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ। ਪਿਛਲੇ ਕਾਫੀ ਸਮੇਂ ਤੋਂ ਇਹ ਚੱਲ ਰਿਹਾ, ਕੋਈ ਅੱਜ ਦਾ ਨਹੀਂ ਹੈ। ਕਈ ਵਾਰਾਂ ਪ੍ਰਸ਼ਾਸਨ ਆ ਜਿਹੜਾ ਉਹ ਕਹਿੰਦਾ ਜੀ ਸਾਨੂੰ ਤਾਂ ਪਤਾ ਹੀ ਨਹੀਂ, ਪਰ ਜਦੋਂ ਆਮ ਬੰਦਿਆਂ ਦੇ ਉੱਤੇ ਜਾਂ ਜਦੋਂ ਮੀਡੀਆ ਵਾਲਿਆਂ ਦੇ ਉੱਤੇ ਜਾਂ ਹੋਰ ਜਿਹੜੇ ਬੰਦੇ ਜਿਹੜੇ ਰਾਜਨੀਤਿਕ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦੇ ਆ, ਉਹਨਾਂ ਦੀਆਂ ਆਈਡੀਆਂ ਦਾ ਇਹਨਾਂ ਨੂੰ ਮਿੰਟ 'ਚ ਪਤਾ ਲੱਗ ਜਾਂਦਾ, ਉਹਨਾਂ 'ਤੇ ਕਾਰਵਾਈ ਵੀ ਹੋ ਜਾਂਦੀ ਆ, ਉਹਨਾਂ 'ਤੇ ਪਰਚੇ ਵੀ ਪਾ ਦਿੱਤੇ ਜਾਂਦੇ, ਉਹਨਾਂ ਦੇ ਚੈਨਲ ਵੀ ਬੰਦ ਕਰ ਦਿੱਤੇ ਜਾਂਦੇ ਆ, ਪੇਜ ਵੀ ਬੰਦ ਕਰ ਦਿੱਤੇ ਜਾਂਦੇ ਆ। ਪਰ ਇਹਨਾਂ ਪ੍ਰਤੀ ਜਿਹੜੇ ਖਾਸ ਕਰਕੇ ਜਿਹੜਾ ਆਪਾਂ ਨੂੰ ਉਹ ਰੋਕ ਲਾਉਣ ਦੀ ਲੋੜ ਆ, ਉਹਨਾਂ ਪ੍ਰਤੀ ਇਹਨਾਂ ਦਾ ਕੀ ਰਵੱਈਆ, ਉਹਨਾਂ ਪ੍ਰਤੀ ਇਹ ਆਈਡੀਆਂ ਕਿਉਂ ਨਹੀਂ ਬੰਦ ਕਰਾਈਆਂ ਜਾਂਦੀਆਂ ਜਾਂ ਪਿਛਲੇ ਲੰਮੇ ਸਮੇਂ ਤੋਂ ਕਿਉਂ ਚੱਲ ਰਹੀਆਂ? ਕੀ ਇਹਨਾਂ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ? ਕੀ ਇਹਨਾਂ ਨੂੰ ਪਤਾ ਨਹੀਂ ਗਾ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਸ ਵਕਤ ਇੰਸਟਾਗ੍ਰਾਮ 'ਤੇ ਇਹੋ ਜਿਹਾ ਮਾਹੌਲ ਬਣ ਚੁੱਕਿਆ ਕਿ ਜਿਹੜੇ ਉਹ ਆਈਡੀ ਵਾਲਾ ਬੰਦਾ ਉਹ ਜਿਹੜਾ ਸਿੱਖ ਗੁਰੂਆਂ ਦੀਆਂ ਫੋਟੋਆਂ ਐਡਿਟ ਕਰ ਰਿਹਾ ਅਤੇ ਹੋਰ ਜਿਹੜੇ ਸਿੱਖ ਨੌਜਵਾਨ ਆ ਉਹ ਹਿੰਦੂਆਂ ਦੀਆਂ ਫੋਟੋਆਂ ਐਡਿਟ ਕਰਨ ਲੱਗ ਪਏ ਕਿ ਸ਼ਾਇਦ ਇਹ ਹਿੰਦੂ ਧਰਮ ਵਾਲੇ ਕਰ ਰਹੇ ਆ। ਪਰ ਕਿਤੇ ਨਾ ਕਿਤੇ ਇਹ ਸ਼ਰਾਰਤੀ ਅਨਸਰਾਂ ਦੀ ਖੇਡ ਆ। ਇਹ ਪਤਾ ਲਗਾਉਣਾ ਚਾਹੀਦਾ ਪ੍ਰਸ਼ਾਸਨ ਨੂੰ, ਇਹ ਪ੍ਰਸ਼ਾਸਨ ਦਾ ਕੰਮ ਆ। ਜੇ ਸਾਡੀਆਂ ਆਈਡੀਆਂ ਮੀਡੀਆ ਦੀਆਂ ਆਈਡੀਆਂ ਬੰਦ ਹੋ ਸਕਦੀਆਂ ਤਾਂ ਫਿਰ ਇਹਨਾਂ ਦੀਆਂ ਆਈਡੀਆਂ ਕਿਉਂ ਨਹੀਂ ਬੰਦ ਹੋ ਸਕਦੀਆਂ? ਬਈ, ਸਾਡੇ ਜਿਹੜੇ ਨੌਜਵਾਨਾਂ ਦੇ ਉੱਤੇ NSA ਲਾਓ ਅਤੇ ਖਾਸ ਕਰਕੇ NSA ਇਹਨਾਂ 'ਤੇ ਲਾਉਣੀ ਚਾਹੀਦੀ ਆ, ਕਿਉਂਕਿ ਸਮਾਜ ਨੂੰ ਖਤਰਾ, ਦੇਸ਼ ਨੂੰ ਖਤਰਾ। ਤੁਸੀਂ ਕਹਿੰਦੇ ਹੋ ਕਿ ਦੇਸ਼ ਨੂੰ ਖਤਰਾ ਹੋਊਗਾ ਤਾਂ NSA ਲੱਗੂਗੀ। ਹੁਣ ਇਹਦੇ 'ਚ ਦੇਸ਼ ਨੂੰ ਖਤਰਾ ਹੋ ਨਹੀਂ ਸਕਦਾ, ਦੰਗੇ ਭੜਕ ਨਹੀਂ ਸਕਦੇ। ਜੇ ਦੰਗੇ ਭੜਕਣਗੇ ਫਿਰ ਦੇਸ਼ ਨੂੰ ਖਤਰਾ ਨਾ ਹੋਊਗਾ, ਫਿਰ ਇਹਨਾਂ 'ਤੇ NSA ਕਿਉਂ ਨਹੀਂ? NSA ਲਾਓ, ਫਾਂਸੀ ਲਾਓ, 302 ਲਾ ਕੇ ਫਾਂਸੀ ਲਾਓ ਇਹਨਾਂ ਨੂੰ। ਜਿੰਨਾ ਚਿਕਰ ਇਹ ਸਜ਼ਾਵਾਂ ਜਿਹੜੀਆਂ ਉਹ ਸਖ਼ਤ ਨਹੀਂ ਹੁੰਦੀਆਂ, ਸਖ਼ਤ ਨਹੀਂ ਲਾਈਆਂ ਜਾਂਦੀਆਂ, ਉਨਾ ਚਿਕਰ ਇਹ ਮਾਹੌਲ ਆ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮਾਹੌਲ ਹੋਰ ਖਰਾਬ ਹੋਊਗਾ।